ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਜੀ ਹਾਂ, ਦੱਸ ਦਈਏ ਕਿ ਦੋ ਰੇਲ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤੇ ਤੜਕ ਸਾਰ ਜਿਹੜਾ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਸਰਹੰਦ ਦੇ ਵਿੱਚ ਦੋ ਟ੍ਰੇਨਾਂ ਜਿਹੜੀਆਂ ਨੇ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ। ਸਵੇਰ ਦਾ ਜਿਹੜਾ ਸਮਾਂ ਹੁੰਦਾ ਹੈ, ਤੜਕ ਸਾਰ ਵੱਡਾ ਜਿਹੜਾ ਹਾਦਸਾ ਇੱਥੇ ਵਾਪਰਿਆ ਹੈ। ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਇਹ ਟ੍ਰੇਨ ਜਿਹੜੀ ਹੈ ਉਹ ਅੰਬਾਲਾ ਵੱਲ ਨੂੰ ਜਾ ਰਹੀ ਸੀ, ਪਰ ਫਿਲਹਾਲ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਡਰਾਈਵਰ ਜਿਹੜੇ ਦੱਸੇ ਜਾ ਰਹੇ ਨੇ ਦੋਨੋਂ ਟ੍ਰੇਨਾਂ ਦੇ ਇੱਥੇ ਫੱਟੜ ਹੋਏ ਨੇ। ਦੱਸ ਦਈਏ ਕਿ ਬੁਰੀ ਤਰ੍ਹਾਂ ਇੱਥੇ ਡਰਾਈਵਰ ਜ਼ਖਮੀ ਹੋਏ ਨੇ। ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਦੋ ਟ੍ਰੇਨਾਂ ਆਪਸ ਦੇ ਵਿੱਚ ਟਕਰਾ ਗਈਆਂ ਨੇ ਤੇ ਆਪਸ ਦੇ ਵਿੱਚ ਟਕਰਾਉਣ ਨਾਲ ਜਿਹੜੀ ਟ੍ਰੇਨਾਂ ਦੇ ਕਿਤੇ ਨਾ ਕਿਤੇ ਡੱਬੇ ਨੇ ਉਹ ਉਛਲ ਜਾਂਦੇ ਨੇ ਤੇ ਕਿਤੇ ਨਾ ਕਿਤੇ ਭਾਰੀ ਨੁਕਸਾਨ ਜਿਹੜਾ ਟ੍ਰੇਨਾਂ ਦਾ ਇੱਥੇ ਹੁੰਦਾ ਹੈ। ਪਰ ਫਿਲਹਾਲ ਦੀ ਘੜੀ ਜਾਮ ਦਾ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਤੇ ਡਰਾਈਵਰ ਦੋਨੋਂ ਟ੍ਰੇਨਾਂ ਦੇ ਇੱਥੇ ਬੁਰੀ ਤਰ੍ਹਾਂ ਦੇ ਨਾਲ ਇੱਥੇ ਜ਼ਖਮੀ ਹੋਏ ਨੇ। ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਟ੍ਰੇਨਾਂ ਆਪਸ ਦੇ ਵਿੱਚ ਟਕਰਾਉਣ ਨਾਲ ਇੱਥੇ ਡਰਾਈਵਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਨੇ। ਦੱਸ ਦਈਏ ਕਿ ਦੋਨੋਂ ਡਰਾਈਵਰਾਂ ਨੂੰ ਨਜ਼ਦੀਕ ਦੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਭੇਜ ਦਿੱਤਾ ਗਿਆ ਹੈ, ਪਰ ਫਿਲਹਾਲ ਦੀ ਘੜੀ ਜਾਨੀ ਨੁਕਸਾਨ ਤੋਂ ਇੱਥੇ ਬਚਾ ਰਿਹਾ ਹੈ। ਮੇਰਾ ਨਾਮ ਡਾਕਟਰ ਇਮਨਪ੍ਰੀਤ ਕੌਰ, ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ, ਇਸ ਵੇਲੇ ਐਮਰਜੈਂਸੀ ਡਿਊਟੀ ਵਿੱਚ ਤੈਨਾਤ ਹਾਂ। ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਆਏ ਸੀਗੇ, ਜਿਹਦੇ ਵਿੱਚ ਹਿਮਾਂਸ਼ੂ ਕੁਮਾਰ ਅਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ। ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਹੈ, ਕਿਉਂਕਿ ਉਹਨਾਂ ਦੇ ਸੱਟਾ ਹੈੱਡ ਇੰਜਰੀ ਸੀਗੀ ਇੱਕ ਦੇ ਅਤੇ ਇੱਕ ਦੇ ਬੈਕ ਇੰਜਰੀ ਸੀ, ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ। ਹੈੱਡ ਇੰਜਰੀ ਕਿਹਦੇ ਸੀ? ਵਿਕਾਸ ਕੁਮਾਰ ਦੇ ਸੀ। ਦੂਜੇ ਦੇ ਬੈਕ ਇੰਜਰੀ ਸੀਗੀ, ਉਹ ਚੱਲ ਨਹੀਂ ਪਾ ਰਿਹਾ ਸੀ, ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ। ਓਕੇ, ਤੇ ਮੈਮ ਕਿੱਥੇ ਦੇ ਰਹਿਣ ਵਾਲੇ? ਦੋਨੋਂ ਸਹਾਰਨਪੁਰ ਯੂਪੀ ਦੇ ਰਹਿਣ ਵਾਲੇ। ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ 4:15 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ, ਤਾਂ ਅਸੀਂ ਇੱਥੇ ਪੁੱਜੇ ਹਾਂ ਅਤੇ ਇੱਥੇ ਦੋ ਮਾਲ ਗੱਡੀਆਂ ਖੜੀਆਂ ਸੀ ਅਤੇ ਇੱਕ ਪੈਸੰਜਰ ਹੈਗੀ, ਅਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜਿਹੜੇ ਡਰਾਈਵਰ ਹੈ ਉਹ ਇੰਜਰਡ ਹੋਏ ਆ, ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ, ਅਤੇ ਬਾਕੀ ਹਜੇ ਜੋ ਬਚਾਅ ਕਾਰਜ ਮੌਕੇ 'ਤੇ ਉਹ ਚੱਲ ਰਹੇ ਅਤੇ ਹੋਰ ਕੋਈ ਇਹੋ ਜਿਹੀ ਜਾਨੀ ਮਾਲੀ ਨੁਕਸਾਨ ਨੁਕਸਾਨ ਨਹੀਂ ਹੋਇਆ। ਕਿੱਧਰੋਂ ਆ ਰਹੀ ਸੀ ਇਹ ਟ੍ਰੇਨਾਂ? ਉੱਧਰੋਂ ਆ ਰਹੀਆਂ ਸੀ ਅੰਬਾਲਾ ਸਾਈਡ ਤੋਂ। ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ, ਹਜੇ ਹੌਲੀ ਹੌਲੀ ਨਾਮ ਕੀ ਨੇ ਪਤਾ ਲੱਗਿਆ ਕੁਛ? ਦੋਵੇਂ ਲੋਕੋ ਪਾਇਲਟ ਹੈ।